ਅਜੀਬ ਘਰ ਦੀ ਕਹਾਣੀ ਹੈ ਦਿਉਰ ਭਾਬੀਆਂ ਦੁਪਹਿਰ ਬੜੀ ਲੰਮੀ ਸੀ ਅਕਵੇਂ ਨਾਲ ਭਰੀ ਹੋਈ ਕਿਸੇ ਵੱਡੇ ਸ਼ਹਿਰ ਚ ਜੁਲਾਈ ਦੇ ਮਹੀਨੇ ਦੀਆਂ ਦੁਪਹਿਰਾਂ ਵੀ ਕੰਬਖਤ ਅਜੀਬ ਬੋਰੀਅਤ ਹੁੰਦੀਆਂ ਨੇ ਨਾ ਗੁਜ਼ਰਦੀਆਂ ਨੇ ਨਾ ਬਚ ਕੇ ਗੁਜ਼ਰ ਜਾਣ ਦਿੰਦੀਆਂ ਨੇ ਵਕਤ ਜਿਵੇਂ ਦੋਪਹਰਾਂ ਚ ਫਸ ਕੇ ਕੁੱਟ ਗਿਆ ਸੀ ਅਜੀਬ ਅਕਲਕੰਦ ਪ੍ਰਕਾਸ਼ ਨੇ ਰিসিਵਰ ਚੁੱਕਿਆ ਤੇ ਨੰਬਰ ਘੁਮਾਣ ਲੱਗਾ ਕਪੂਰ ਇਕ ਠੰਡੀ ਸੋਧੀ ਹੋਈ ਅਫਸਰਾਨਾ ਆਵਾਜ਼ ਹਾਂ ਕਾਕਾ ਅੱਜ ਸ਼ਾਮ ਦੀ ਕੋਈ ਅਪਾਰਟਮੈਂਟ ਤੇ ਨਹੀਂ ਨਾ ਦੂਜੇ ਪਾਸੇੋਂ ਆਵਾਜ਼ ਇੱਕਦਮ ਨਿੱਗੀ ਹੋ ਗਈ ਨਿੱਗੀ ਤੇ ਮੁਲਾਇਮ ਸਾਰਾ ਕਸਾਉ ਢਿੱਲਾ ਪੈ ਗਿਆ ਉਹ ਪ੍ਰਕਾਸ਼ ਅਪਾਇੰਟਮੈਂਟ ਹੋਵੇ ਵੀ ਮੇਰੀ ਜਾਨ ਤੈਰੇ ਸਿਰ ਤੋਂ ਕੁਰਬਾਨ ਕਰ ਦਈਏ ਤੂੰ ਹੁਕਮ ਦੇ ਕਰ ਯਾਰ ਹੁਕਮ ਕਾਦਾ ਹੈ ਬੰਦਾ ਪਰਵਰ ਐਵੇਂ ਜ਼ਰਾ ਵਕਤ ਨਹੀਂ ਸੀ ਕੱਟ ਰਿਹਾ ਸੋਚਿਆ ਇਹਨੂੰ ਕੈਂਚੀ ਲੈ ਕੇ ਕੱਟੀਏ ਤਾਰ ਕੈਂਚੀ ਦੀ ਰਤਾ ਤਿੱਖੀ ਹੋਣੀ ਚਾਹੀਦੀ ਹੈ ਹੋ ਜਾਏਗੀ ਕੱਲਾ ਬੈਠਾ ਹੈ ਕਿ ਕੋਈ ਕੋਲ ਹੈ ਕੋਲ ਹੁੰਦਾ ਕੋਈ ਤੇ ਉਜ ਬੁਗ ਤੈਨੂੰ ਹੀ ਫੋਨ ਕਰਦਾ ਅੱਛਾ ਫਿਰ ਇਹ ਦੱਸ ਕੇ 트럼ਪ ਕਾਰਡਸ ਕੀ ਕੀ ਹੋਣਗੇ 트럼ਪ ਕਾਰਡ ਆਪਣੇ ਆਪਣੇ ਯਾਰ ਬਾਰੋਂ ਕੋਈ ਕੁੜੀ ਅਰੇਂਜ ਕਰਨੀ ਹੋਈ ਤਾਂ ਵਕਤ ਚਾਹੀਦਾ ਤੇ ਮੈਂ ਅਜਵੇਲਾ ਨਹੀਂ ਆਹੋ ਚੱਕੀ ਪੀਣੀ ਹੈ ਨਾ ਤੂੰ ਤੇ ਨਹੀਂ ਚੱਕੀ ਤੇ ਕੀ ਬਸ ਤੂੰ ਕਰਾਏਗਾ ਸਾਡਾ ਕੁੰਡਾ ਸ਼ਰੀਫ ਆਪਣੇ ਆਪਣੇ 트럼ਪ ਕਾਰਡ ਰੋਜ਼ ਰੋਜ਼ ਵਰਤ ਵਰਤ ਕੇ ਉਹਨਾਂ ਦਾ ਵੀ ਰੰਗ ਕਿਸ ਜਾਂਦਾ ਹੈ ਚੌ ਮਹੀਨਿਆਂ ਜੋ ਵੀ ਕਰਦੀਆਂ ਬੇਗਮਾਂ ਵਰਗੇ ਹੋ ਜਾਂਦੇ ਨੇ ਖੈਰ ਤੇਰੀ ਮਰਜ਼ੀ ਅਗਲੀ ਵਾਰ ਲਈ ਪ੍ਰੋਮਿਸ আচ্ছা ਚਲ ਮਾਫ ਕੀ ਪ੍ਰਕਾਸ਼ ਨੇ ਇੱਕ ਹੋਰ ਨੰਬਰ ਘੁਮਾਇਆ ਰਿਸੈਪਸ਼ਨਿਸਟ ਦੀ ਬੜੀ ਪ੍ਰੋਫੈਸ਼ਨਲ ਆਵਾਜ਼ ਮਿਸਟਰ ਪੂਰੀ ਪਲੀਜ਼ ਪੂਰੀ ਦੀ ਆਵਾਜ਼ ਕਿਉਂ ਬੇਟਾ ਕੀ ਬੰਦੇ ਹੈ ਕੁਝ ਨਹੀਂ ਬਸ ਇੱਕ ਮੈਨੂਸਕ੍ਰਿਪਟ ਵੇਖ ਰਿਹਾ ਸੀ ਮੈਨੂਸਕ੍ਰਿਪਟ ਪ੍ਰਕਾਸ਼ ਦੀ ਆਵਾਜ਼ ਸ਼ਿਰਾਰਤ ਲੈ ਘੁੱਟੀ ਤੇ ਅਜੀਬ ਉਤਸਵ ਪੁਰੀ ਹਸਪਿਆ ਅਰੇ ਨਹੀਂ ਬਈ ਕਾਗਜ਼ ਤੇ ਕਾਗਜ਼ ਤੇ ਹੋਰ ਕਾਗਜ਼ ਬਸ ਉਹ ਪ੍ਰਕਾਸ਼ ਨੇ ਬਣਾਉਟੀ ਹੋਕਾ ਪਰਿਆ ਲਮਕਾ ਕੀ ਰਿਲੀਫ ਦਾ ਹੋਕਾ ਮੈਂ ਸਮਝਿਆ ਪੁਰੀ ਤੇ ਪ੍ਰਕਾਸ਼ ਦੋਵੇਂ ਪਬਲਿਸ਼ਰ ਸਨ ਦੋਆਂ ਦੇ ਦੋਆਂ ਨੇ ਘਰੋਂ ਜਾਂ ਦਫ਼ਤਰੋਂ ਜਦ ਗੱਲ ਕਰਨੀ ਹੋਵੇ ਤਾਂ ਆਪਣੀ ਕੋਡ ਲੈਂਗੁਏਜ ਵਿੱਚ ਕਰਦੇ ਸਨ ਉਹਦੇ ਮੁਤਾਬਕ ਆਥਰ ਦਾ ਮਤਲਬ ਸੀ ਕੋਈ ਨਵੀਂ ਕੁੜੀ ਤੇ ਮੈਨੂੰ ਸਕ੍ਰਿਪਟ ਦਾ ਮਤਲਬ ਸੀ ਉਦੇ ਜਿਸਮ ਦੀ ਬਨਾਵਟ ਰੂਪਰੇਖਾ ਵਜਾ ਕਤਾ ਚਿਹਰਾ ਮੋਰਾ ਵਗੈਰਾ ਵਗੈਰਾ ਬਾਕੀ ਮੈਨੂੰ ਸਕ੍ਰਿਪਟ ਕੀ ਹੋਣੇ ਨੇ ਜਨਾਬ ਅੱਜ ਕੱਲ ਤੇ ਚੰਗੇ ਆਥਰ ਹੀ ਨਹੀਂ ਮਿਲਦੇ ਸਭ ਕਿਸੇ ਪਿਟੇ ਓਰਜినੈਲਿਟੀ ਹੈ ਹੀ ਨਹੀਂ ਕਿਧਰੇ ਆਥਰ ਦੇ ਪੁੱਤਰ ਤੈਨੂੰ ਆਥਰਾਂ ਦੀ ਘਾਟ ਏ ਤੇਰੇ ਕੋਲ ਤੇ ਤਿੰਨ ਤਿੰਨ ਟਰੰਪ ਕਾਰਡ ਨੇ ਬੱਚੂ ਆਪਣਾ ਹਾਲ ਖਸਤਾ ਹੈ ਅਲਬੱਤਾ ਸਿਰਫ ਇੱਕ ਟਰੰਪ ਕਾਰਡ ਤੇ ਆਥਰ ਨਧਾਰਤ ਬੜੀ ਔੜ ਦਾ ਮੌਸਮ ਏ ਬਿਹਾਰ ਵਿੱਚ ਵੀ ਤੱਕੋ ਨਾ ਹਾਂ ਬਿਹਾਰ ਦੀ ਹਾਲਤ ਹੈ ਵਾਕਈ ਖੈਰ ਬਾਕੀ ਗੱਲਾਂ ਸ਼ਾਮ ਨੂੰ ਤਸ਼ਰੀਫ ਲੈ ਆਉਣਾ ਕੱਲੇ ਨਾ ਹੋਣਾ ਬੜੀ ਬੋਰੀਅਤ ਦਾ ਜ਼ਮਾਨਾ ਹੈ ਰਤਾ ਕੋ ਦੋ ਘੜੀਆਂ ਹੀ 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 ਇੱਕ ਹੋਰ ਨੰਬਰ ਬਈ ਦਲਜੀਤ ਸ਼ਾਮ ਨੂੰ 6 ਵਜੇ ਹਾਂ ਪੂਰੇ ਚਲੇ ਆਓ ਮੇਰੀ ਜਾਨ ਜਿਉਂਦਾ ਰਹੋ ਪਿਆਰੇ ਬਸ ਮੈਂ ਵੀ ਹੁਣੇ ਬੈਠ ਬੈਠੇ ਹੀ ਸੋਚ ਰਿਹਾ ਸਾਂ ਉਹ ਵਾਸੀਆਂ ਆਈ ਜਾ ਰਹੀਆਂ ਸੀ ਤੈਨੂੰ ਮੈਂ ਯਾਦ ਪਿਆ ਕਰਦਾ ਸਾਂ ਤੈਨੂੰ ਤੇ ਨਿਛਾ ਹੋਣੀਆਂ ਚਾਹੀਦੀਆਂ ਸੀ ਉਦ ਬੁਲਾਓ ਉਬਾਸੀਆਂ ਕਿਹੜੇ ਮਰਜ਼ ਦੀਆਂ ਸਿੰਪਟਮਸ ਹੁੰਦੀਆਂ ਨੇ ਉਬਾਸੀਆਂ ਉਦਾਸੀਆਂ ਉਬਾਸੀਆਂ ਕਿ ਉਦਾਸੀਆਂ ਹੂੰ ਤੇ ਆਪਣੀਆਂ ਆਪਣੀ ਭੰਗੀਆਂ ਦੀ ਤੋਪ ਵੀ ਨਾਲ ਲੈ ਆਈ ਸੁਣਿਆ ਯਾਰ ਭੰਗੀਆਂ ਦੀ ਤੋਪ ਦਾ ਨਾਮ ਕਰਨ ਸੰਸਕਾਰ ਹੋਇਆ ਉਹਦਾ ਨਵਾਂ ਨਾਮ ਹੈ ਪੈਟਰਨ ਟੈਂਕ ਰੱਖਿਆ ਹੂੰ ਦਲਜੀਤ ਦੀ ਮਹਿਬੂਬਾ ਗੋਰੀ ਚਿੱਟੀ ਸੀ ਤੇ ਗੋਲ ਮਟੋਲ ਲੰਮੀ ਉੱਚੀ ਉਹਨੂੰ ਨਾ ਕਹੇ ਬਈ ਕਿਤੇ ਫਿਰ ਤੋਂ ਫਿਰ 6 ਤੋਂ 8 ਵਜ ਜਾਣਗੇ ਉੱਥੇ ਉਹਦੇ ਘਰ ਹੀ ਨਾਜ਼ ਉਠਾਉਂਦੇ ਆਂ ਬਸ ਉਹਨੂੰ ਤੇ ਉਠਾ ਨਹੀਂ ਸਕਦੇ ਉਹਦੇ ਨਾਜ਼ ਹੀ ਉਠਾ ਕੇ ਰੀਜ ਲਾ ਲਈ ਦੀਏ ਹੂੰ ਖੁਸ਼ਕਿਸਮਤ ਹੋ ਗਈ ਕੜਕੀ ਤੇ ਸਾਨੂੰ ਏ ਟਰੰਕ ਕਾਰਡ ਸਾਡਾ ਅਸਲ ਚ ਬੜਾ ਬੇਰੰਗ ਹੋ ਗਿਆ ਤੇ ਹੋਰ ਕੋਈ ਅਫਰ-ਬਾਥਰ ਮਿਲ ਨਹੀਂ ਰਿਹਾ ਅਫਰ ਤੇ ਹੈ ਕਿ ਯਾਰ ਕੱਲ ਹੀ ਸ਼ਿਮਲੇੋਂ ਆਇਆ ਹੈ ਅੱਛਾ ਕੈਸੀ ਹੈ ਪ੍ਰਕਾਸ਼ ਦੀ ਆਵਾਜ਼ ਚ ਉਤਸ਼ਾਹ ਚਮਕ ਪਿਆ ਮੈਨੂੰ ਸਕ੍ਰਿਪਟ ਮੈਂ ਵੇਖਿਆ ਸੀ ਕੱਲ ਰਾਤੀਵੇਂ ਸਰਸਰੀ ਨਜ਼ਰ ਮਾਰੀ ਸੀ ਚੰਗਾ ਸੀ ਕੁਟ ਨੋਟਵਿਕੀ ਹੈਡਲਾਈਨਸ ਵੇਖੀਆਂ ਹਾਂ ਹਾਂ ਉਹ ਸਭ ਠੀਕ ਹਨ ਐਂਡ ਟਿਚ ਬਾਕੀ ਮੈਟਰ ਨਹੀਂ ਪੜਿਆ ਨਹੀਂ ਮੈਟਰ ਪੜਨ ਦਾ ਕੰਮ ਤੁਸੀਂ ਕਰਿਆ ਕਰੋ ਵੇਲੇਓ ਦਲਜੀਤ ਦੀ ਆਵਾਜ਼ ਇਕਦਮ ਬੜੀ ਸ਼ਾਇਸਤਾ ਹੋ ਗਈ ਸੀ ਬੜੀ ਸ਼ਰੀਫ ਆਵਾਜ਼ ਸੇ ਬੋਲ ਰਹੇ ਹਾਂ ਮੇਰਾ ਖਿਆਲ ਹੈ ਭਾਬੀ ਜਾਨ ਆ ਗਈ ਹੈ ਕਮਰੇ ਛਾਂਜੀ ਹਾਂਜੀ ਦੇ ਯੱਕੇ ਕੁਝ ਹੋਰ ਦੱਸਣਾ ਉਹਦੇ ਬਾਰੇ ਹਾਂ ਪਬਲਿਸ਼ਰ ਕਰ ਦੇਣਾ ਚਾਹੀਦਾ ਹੈ ਮੈਨੂਸਕ੍ਰਿਪਟ ਆਥਰ ਵੀ ਕਾਫੀ ਰੀਜ਼ਨੇਬਲ ਲੱਗਦਾ ਸੀ ਕ੍ਰੋਲ ਬਾਗ ਠਹਿਰਿਆ ਮੇਰਾ ਖਿਆਲ ਹੈ ਤੁਸੀਂ ਉਹਨੂੰ ਮਿਲ ਕੇ ਟਰਮਸ ਡਿਸਕਸ ਕਰ ਲਓ ਤੇ ਬਸ ਰਤਾ ਮੈਨੂਸਕ੍ਰਿਪਟ ਤੇ ਨਜ਼ਰ ਮਾਰ ਕੇ ਐਗਰੀਮੈਂਟ ਸਾਈਨ ਕਰ ਦਿਓ ਐਗਰੀਮੈਂਟ ਪ੍ਰਕਾਸ਼ ਦੇ ਮੂੰਹ ਚ ਪਾਣੀ ਪਾਰ ਆਇਆ ਹਾਂਜੀ ਕੀ ਖਿਆਲ ਹੈ ਅੱਜ ਹੀ ਸਾਈਨ ਹੋ ਜਾਣਗੇ ਇਹ ਤੇ ਡਿਪੈਂਡ ਕਰਦਾ ਹੈ ਤੁਹਾਡੇ ਤੇ ਆਥਰ ਵਿਚਾਰਾ ਤੇ ਜਿਸ ਵੇਲੇ ਮੈਨੂਸਕ੍ਰਿਪਟ ਲੈ ਕੇ ਬਾਹਰ ਨਿਕਲਦਾ ਹੈ ਬਸ ਉਹਨੂੰ ਚੰਗਾ ਪਬਲਿਸ਼ਰ ਮਿਲਣਾ ਚਾਹੀਦਾ ਹੈ ਐਗਰੀਮੈਂਟ 'ਚ ਉਹਨੂੰ ਕੀ ਇਤਰਾਜ਼ ਹੋਣਾ ਹੈ ਪਹਿਲਾਂ ਬਾਕੀ ਤੁਸੀਂ ਤੇ ਇਨ ਐਕਸਪੀਰੀਐਂਸਡ ਪਬਲਿਸ਼ਰ ਯੂ ਆਰ ਇਨ ਦਾ ਲਾਈਨ ਫਾਰ ਦਾ ਲਾਸਟ ਟੂ ਡਿਕੇਡਸ ਨਾਉ ਨਹੀਂ ਮੈਂ ਤੇ ਤੇਰੇ ਜੰਮਣ ਤੋਂ ਪਹਿਲਾਂ ਦਵਾਂਗੇ ਲਾਈਨ ਚ ਹਾਂਜੀ ਅੱਛਾ ਅੱਛਾ ਤੂੰ ਕਰੀ ਜਾ ਐਕਟਿੰਗ ਕੋਈ ਗੱਲ ਨਹੀਂ ਸਿਰਫ ਇੰਨੀ ਗੱਲ ਕਰ ਕਿ ਤੂੰ ਮੈਨੂੰ ਨਾਲ ਲੈ ਜਾ ਰਿਹਾ ਹੈ ਨਾ ਜੀ ਮੈਂ ਜ਼ਰਾ ਪੁੱਛਣਾ ਹੋਇਆ ਇਹਨਾਂ ਕੋਲ ਸ਼ਾਮ ਨੂੰ ਇਹਨਾਂ ਨੂੰ ਕੋਈ ਕੰਮ ਤੇ ਨਹੀਂ ਨਾ ਕਿਸੇ ਵੇਲੇ ਬਾਹਰ ਹੀ ਜਾਣਾ ਹੁੰਦਾ ਹੈ ਦਲਜੀਤ ਨੇ ਆਪਣੀ ਬੀਵੀ ਨਾਲ ਗੱਲ ਕੀਤੀ ਅਸਲ 'ਚ ਤੁਹਾਡੀ ਬੜੀ ਇੱਜ਼ਤ ਕਰਦੇ ਨੇ ਕੋਈ ਹੋਰ ਹੁੰਦਾ ਤੇ ਇਜਾਜ਼ਤ ਨਹੀਂ ਸੀ ਮਿਲਨੀ ਪਰ ਤੁਹਾਡੇ ਕੰਮ ਲਈ ਮਿਲ ਗਈ ਹੈ ਪਰ ਤੁਹਾਡੀ ਆਦਤ ਹੀ ਲੰਮੀਆਂ ਗੱਲਾਂ ਕਰਨ ਦੀ ਰਹਾ ਤਾਂ ਛੱਟਪਟ ਗੱਲ ਕਰਨੀ ਅਸਲ ਚਾਹੀਏ ਈਟ ਬੀਇੰਗ ਅਵੇ ਫਰੋਮ ਮਾਈ ਹੋਮ ਇਨ ਦਾ ਈਵਨਿੰਗਸ ਬੱਲੇ ਬੇਟਾ ਹੱਸ ਪਈ ਹੈ ਨਾ ਭਾਬੀ ਖੁਸ਼ ਹੋ ਗਈ ਹੈ ਨਾ ਹਾਂਜੀ ਕਿੱਡਾ ਗੋਵਰ ਦਾ ਖਾਵੰਦ ਮਿਲਿਆ ਹੋਇਆ ਇਹਨੂੰ ਹਾਈ ਕਿੱਲੇ ਨਾਲ ਬੰਨਿਆ ਨਜ਼ਰ ਵੀ ਨਾ ਆਵੇ ਅੱਖ ਚ ਪਾਇਆ ਰੜਕੇ ਵੀ ਨਾ ਹਾਂਜੀ ਸ਼ਾਮ ਨੂੰ ਟੱਪ ਪਵੀ ਇੱਥੇ ਪੂਰੇ 4 ਵਜੇ ਉਹਨੂੰ ਪਹਿਲਾਂ ਪਸਮਾਉਣਾ ਫਿਰ ਰੱਸਾ ਪਾ ਕੇ ਨਾਲ ਲਿਆਉਣਾ 2 ਘੰਟੇ ਤਾਂ ਲੱਗਣਗੇ 6 ਵਜੇ ਬਾਕੀ ਲੋਕ ਆ ਰਹੇ ਨੇ ਬਹੁਤ ਅੱਛਾ ਜੀ ਕੌਣ ਸੈਗਲ ਵੀ ਸ਼ਾਮ ਨੂੰ 6 ਵਜੇ ਬਸ ਰਤਾ ਕੋਕਟੇਲ ਤੇ ਆਪਣੀ ਡਾਰਲਿੰਗ ਨੂੰ ਵੀ ਲੈ ਆਵੇਂ ਨਾ ਲਿਆਇਆ ਤੇ ਤੁਸੀਂ ਆਬਲਾਈਜ਼ ਕਰ ਦੇਣਾ ਨਿੱਕਿਆ ਹੁੰਦੇ ਆ ਕਹਿੰਦੇ ਸਨ ਵੰਡ ਖਾਈਏ ਖੰਡ ਖਾਈਏ ਸ਼ਟ ਆਫ ਸੈਗਲ ਹੱਸਿਆ ਫਿਕਰ ਨਾ ਕਰ ਮੈਨੂੰ ਪਤਾ ਹੈ ਭਾਵੇਂ ਕੂਜਿਆਂ ਵਾਲੀ ਮਿਸ਼ਰੀ ਹੋਵੇ ਭਾਵੇਂ ਰਾਸ਼ਨ ਦੀ ਖੰਡ ਤੇ ਭਾਵੇਂ ਚਾਕਲੇਟ ਸਭ ਆਪਣੇ ਆਪਣੇ ਬਿਲਕੁਲ ਦੈਟਸ ਅ ਰੂਲ ਆਫ ਦਾ ਗੇਮ ਹਾਂ ਅਲਬਤਾ ਜਫੀ ਕਿਸੇ ਮਾਫੀ ਹੋਤੇ ਹੈ ਜਦ ਤੱਕ ਨੀਤਾ ਸਾਫ ਰਹੇ ਨਾ ਹੋਰ ਕੌਣ ਕੌਣ ਆ ਰਿਹਾ ਹੈ ਬਸ ਆਪਣੇ ਚੰਡਾਲ ਚੌਕੜੀ ਕੋਈ ਆਥਰ ਆਪਣੇ ਲਈ ਕੋਸ਼ਿਸ਼ ਕਰ ਰਿਹਾ ਵੇਖੋ ਹੁਣੇ ਵੱਧਦੇ ਆਮਤੀ ਦੀ ਹਾਦੇ ਨਾ ਆਥਰਾਂ ਦੀ ਕੋਸ਼ਿਸ਼ ਸਿਰਫ ਆਪਣੇ ਲਈ ਸਾਡੀਆਂ ਪ੍ਰੈਸਾਂ ਚ ਸਾਰੀਆਂ ਮਸ਼ੀਨਾਂ ਨੂੰ ਭਾਵੇਂ ਜੰਗ ਲੱਗ ਜਾਏ ਜੰਗ ਪੈ ਲੱਗਦੇ ਨੇ ਤੁਹਾਡੀਆਂ ਮਸ਼ੀਨਾਂ ਨੂੰ ਚਾਰੋਂ ਕਿਸੇ ਹੋਰ ਨੂੰ ਅੱਛਾ ਭਾਈ ਮਰਜ਼ੀ ਹੈ ਖੁਦਾ ਦੀ ਸਭ ਦਾ ਪਰਵਰਦਗਾਰ ਹੈ ਹਾਂ ਇਹੋ ਜੀਆਂ ਗੱਲਾਂ ਚ ਆਪਣੇ ਰਾਮਕ੍ਰਿਸ਼ਨ ਨੂੰ ਕਾਹਨੂੰ ਘੇਟ ਕੇ ਖੱਜਲ ਕਰਨਾ ਹੈ ਮੌਕੇ ਮੌਕੇ ਸੇ ਨਾਲੇ ਕ੍ਰਿਸ਼ਨ ਕੋਲੋਂ ਤੇ ਉਹਨਾਂ ਜੀ ਡਰ ਲੱਗੇਗਾ ਨਾ ਜੇ ਰਾਜਾ ਟੀ ਉਹਨੂੰ ਵੀ ਗੋਪੀ ਬਣਾ ਲਿਆ ਤੇ ਸ਼ਟਾ ਜੇ ਜੋ ਹੁਕਮ 에어 ਕੰਡੀਸ਼ਨ ਕਮਰਾ ਰਿਕਾਰਡ ਚੇਂਜਰ ਤੇ ਪੱਛਮੀ 뮤직 ਦੀ ਕਿਸੇ ਧੁੰਨ ਦਾ ਰਿਕਾਰਡ ਠੰਡੀ ਬਰਫ਼ ਚ ਲਿਪਟੀ ਬੀਅਰ ਪ੍ਰਕਾਸ਼ ਸੋਫੇ ਦੀ ਕੁਰਸੀ ਤੇ ਬੈਠਾ ਨਾਲ ਵਾਲੇ ਮੂੜੇ ਤੇ ਕੁੜੀ ਦਾ ਨਾਂ ਕੋਈ ਵੀ ਹੋ ਸਕਦਾ ਇਸ ਕੁੜੀ ਦਾ ਪਰ ਫਿਲਹਾਲ ਨਾਂ ਫਰੀਦਾ ਜਿਹਨੂੰ ਬੋਲਣ ਲੱਗਿਆ ਉਹਨੂੰ ਉਹਨੇ ਅੰਗਰੇਜ਼ੀ ਲੈਜੈਂਜ ਚ ਫਰੀਡਾ ਬੋਲੇ ਆਸੀ ਦੀਵਾਨ ਤੇ ਦਲਜੀਤ ਤੇ ਉਹਦੀ ਮਹਿਬੂਬਾ ਚੰਨੀ ਸੋਫੇ ਤੇ ਪੂਰੀ ਤੇ ਉਹਦੀ ਮਹਿਬੂਬਾ ਹੀਮਾ ਦੂਜੇ ਸੋਫੇ ਤੇ ਕਪੂਰ ਤੇ ਉਹਦੀ ਸੋਨੀਆ ਸੋਨੀਆ ਸਿਰਫ ਨੱਚ ਕੇ ਖੁੱਲਦੀ ਏ ਜਦ ਤੱਕ ਨੱਚ ਨਾ ਲਵੇ ਘੁੱਟੀ ਰਹਿੰਦੀ ਏ ਤੇ ਨੱਚ ਦਾ ਪਹਿਲਾ ਦੌਰ ਭਾਵੇਂ ਕਪੂਰ ਨਾਲ ਨੱਚ ਲਵੇ ਭਾਵੇਂ ਦੂਜੇ ਦੌਰ ਜ਼ਰੂਰ ਉਹ ਆਪਣੇ ਕਿਸੇ ਨਾ ਕਿਸੇ ਦੇਵਰ ਨਾਲ ਨੱਚਦੀ ਹੈ ਫਿਲਹਾਲ ਉਹ ਖਾਮੋਸ਼ ਬੈਠੀ ਲਾਈਮ ਜੂਸ ਕਾਰਡੀਅਲ ਦੀਆਂ ਬਾਵਾਂ ਵਿੱਚ ਲਿਪਟੀ ਰੰਪੀ ਰਹੀ ਹੈ ਸੈਗਲ ਅਜੇ ਆਇਆ ਨਹੀਂ ਉਹ ਨਹੀਂ ਉਹਦੀ ਇੰਤਜ਼ਾਰ ਹੋ ਰਹੀ ਹੈ ਸਾਰੇ ਉਹਦੇ ਨਾਂ ਆਉਣ ਬਾਰੇ ਥੋੜੇ ਥੋੜੇ ਚਿਰ ਮਗਰੋਂ ਆਪਣੀ ਝੁੰਝਲਾਟ ਜ਼ਾਹਰ ਕਰਦੇ ਨੇ ਨਵੀਂ ਕੁੜੀ ਫਰੀਦਾ ਤੇ ਚੰਨੀ ਚੁੱਪ ਰਹਿੰਦੀਆਂ ਨੇ ਫਰੀਦਾ ਤਾਂ ਇਸ ਲਈ ਕਿ ਉਹ ਸੈਗਲ ਨੂੰ ਜਾਣਦੀ ਨਹੀਂ ਅਜੇ ਤੇ ਚੰਨੀ ਇਸ ਲਈ ਕਿਉਂਕਿ ਉਹਦੇ ਮਨ 'ਚ ਚੋਰ ਹੈ ਸਿਰ ਪ੍ਰਕਾਸ਼ ਨੂੰ ਇਸ ਗੱਲ ਦਾ ਪਤਾ ਹੈ ਦਲਜੀਤ ਜਦੋਂ ਪਿਛਲੇ ਸਾਲ ਬਲਾਇਤ ਗਿਆ ਹੋਇਆ ਸੀ ਚੰਨੀ ਬੇहद ਕੱਲੀ ਸੀ ਸੈਗਲ ਨੇ ਇੱਕ ਦਿਨ ਪ੍ਰਕਾਸ਼ ਨੂੰ ਫੋਨ ਤੇ ਕਿਹਾ ਵੀ ਚੰਨੀ ਕੱਲੀ ਹੈ ਕੱਲੀ ਤਾਂ ਹੈ ਉਹਦੇ ਬਾਰੇ ਕੁਝ ਸੋਚਣਾ ਚਾਹੀਦਾ ਜ਼ਰੂਰ ਸੋਚਣਾ ਚਾਹੀਦਾ ਨਾਲੇ ਦਲਜੀਤ ਦਾ ਖਾਤਾ ਆ ਕਿ ਲਿਖਿਆ ਫਲੈਟ ਪਲੇਟਫਾਰਮ ਤੇ ਜਿਹੜਾ ਸਮਾਨ ਛੱਡ ਆਇਆ ਵਾ ਉਹਦਾ ਧਿਆਨ ਰੱਖਿਆ ਜੀ ਰੱਖੋ ਧਿਆਨ ਫੇਰ ਤੱਕੋ ਨਾ ਅਸੀਂ ਉਹਦੇ ਦੇਵਰ ਹੋਏ ਜ਼ਰੂਰ ਹੈ ਪੱਕੇ ਘਰ ਦਾ ਮਾਲ ਬਾਹਰ ਜਾਂਦਾ ਸ਼ੋਭਾ ਨਹੀਂ ਦਿੰਦਾ ਬਿਲਕੁਲ ਨਹੀਂ ਦਿੰਦਾ ਘਰ ਦੀ ਸ਼ੈ ਘਰਤੀ ਰਹਿਣੀ ਚਾਹੀਦੀ ਤੂੰ ਗੱਲ ਕਰ ਤਾਂ ਹੁਣ ਸਿੱਧੀ ਬਹੁਤ ਹੋ ਚੁੱਕੀ ਬਕਬਕ ਗੱਲ ਕਰ ਕੀ ਇਰਾਦਾ ਹੈ ਇਰਾਦਾ ਕੀ ਹੋਣਾ ਬਾਸ਼ਾ ਮੈਂ ਉਹ ਸਮਝਿਆ ਸੀ ਜਦ ਤੱਕ ਦਿਲਜੀਤ ਨਹੀਂ ਆਉਂਦਾ ਸਾਨੂੰ ਦੇਵਰਾ ਨੂੰ ਚਾਹੀਦਾ ਸਾਰੇ ਰਲ ਕੇ ਉਹਦੇ ਤੇ ਚਾਦਰ ਪਾ ਲਈਏ ਚਾਦਰ ਦੇ ਪੁੱਤਰ ਦਿਲਜੀਤ ਨੂੰ ਪਤਾ ਲੱਗੇਗਾ ਤੇਰਾ ਰਗੜਾ ਸ਼ਰੀਫ ਚੜ ਜਾਏਗਾ ਬੱਚੋ ਲੋ ਅਸੀਂ ਤੇ ਸਗੋਂ ਉਹਦੇ ਖਾਤਰ ਹੂੰ ਤੁਸੀਂ ਆਪ ਹੀ ਸੋਚੋ ਪਰਉਪਕਾਰ ਹਾਂ ਹਾਂ ਕਰੋ ਪਰਉਪਕਾਰ ਬਾਉ ਸਰਸੂ ਆ ਸਾਡੇ ਵੀ ਦੇਖ ਬੱਚੂ ਜੇ ਤੂੰ ਮੁੜ ਕੇ ਇਹ ਗੱਲ ਕੀਤੀ ਨਾ ਤੇਰਾ ਕੱਲ ਕੋਕਾ ਠੋਕਣਾ ਪਏਗਾ ਪਰ ਗੱਲ ਸੈਗਲ ਨੂੰ ਪਰ ਸੈਗਲ ਨੂੰ ساری ਦੁਨੀਆ ਦੇ ਦਰਦ ਦੀ ਚਿੰਤਾ ਸੀ ਕਿਸੇ ਯਸੂ ਮਸੀਹ ਜਾਂ ਭਗਵਾਨ ਬੁੱਧ ਤੋਂ ਘੱਟ ਨਹੀਂ ਸੀ ਉਹ ਸੋ ਚੰਨੀ ਦੇ ਦਰਦ ਦਾ ਕੰਡਿਆਂ ਦਾ ਤਾਜ ਉਹਨੇ ਆਪਣੇ ਸਿਰ ਤੇ ਧਰ ਲਿਆ ਉਦੋਂ ਤੋਂ ਚੰਨੀ ਉਹਦੇ ਕੋਲੋਂ ਹਰ ਮਹਿਫਿਲ 'ਚ ਘਤਰ ਆਉਂਦੀ ਏ ਪ੍ਰਕਾਸ਼ ਜੇ ਇਹ ਵੇਲੇ ਬੜਾ ਖਰਗੋਸ਼ ਵਰਗਾ ਮੂੰਹ ਬਣਾ ਕੇ ਕਹਿੰਦਾ ਕੋਈ ਘਟਪਟ ਹੋ ਗਈ ਹੈ ਦੇਵਰ ਭਾਬੀ ਚ ਅਸਲ ਤੇ ਰਿਸ਼ਤਾ ਹੀ ਨਾਜ਼ੁਕ ਹੈ ਤੇ ਸੈਗਲ ਬੜੀਆਂ ਢੀਠ ਨਜ਼ਰਾਂ ਨਾਲ ਚੰਨੀ ਵੱਲ ਤੱਕ ਕੇ ਇੱਕ ਟੱਕ ਮੁਸਕਰਾਉਂਦਾ ਹੈ ਦੱਸੋ ਜੀ ਇਹਨਾਂ ਕੁੜੀਆਂ ਦੇ ਨਾਂ ਭਾਵੇਂ ਕੁਝ ਵੀ ਹੋਣ ਚੰਨੀ, ਹੀਮਾ, ਫਰੀਦਾ ਜਾਂ ਸੋਨੀਆ ਕੋਈ ਵੀ ਨਾਂ ਹੋਵੇ ਸਭ ਆਪਣੇ ਆਪਣੇ ਮਹਿਬੂਬ ਦੀਆਂ ਡਾਰਲਿੰਗ ਨੇ ਸਿਰਫ ਡਾਰਲਿੰਗ ਬੀਵੀਆਂ ਘਰ ਲਈ ਬੱਚਿਆਂ ਲਈ ਰਿਸ਼ਤੇਦਾਰਾਂ ਲਈ ਸੋਸ਼ਲ ਫੰਕਸ਼ਨ ਫੰਕਸ਼ਨਸ ਲਈ ਤੇ ਮਰਨੇ ਪਰਨੇ ਲਈ ਡਾਰਲਿੰਗਾਂ ਦੋਸਤਾਂ ਯਾਨੀ ਜਿਗਰੀ ਦੋਸਤਾਂ ਮਹਿਫਲਾਂ ਲਈ ਬੀਅਰਾਂ ਅਤੇ ਵਿਸਕੀਆਂ ਲਈ ਅੰਗਰੇਜ਼ੀ ਧੁਨਾਂ ਦੇ ਨਾਲ ਨੱਚਣ ਲਈ ਤੇ ਬਿਸਤਰਿਆਂ ਲਈ ਡਾਰਲਿੰਗਾਂ ਬਦਲਦੀਆਂ ਰਹਿੰਦੀਆਂ ਨੇ ਮੂਡ ਦੇ ਮੁਤਾਬਕ ਹਾਲਾਤ ਦੇ ਮੁਤਾਬਕ ਬੀਵੀਆਂ ਧਰੂ ਤਾਰੇ ਵਾਂਗ ਸਥਿਰ ਅਡੋਲ ਬੇਤਨ ਤਬਦੀਲ ਬੀਵੀਆਂ ਰੂਟੀਨ ਪੈਦਾ ਕਰਦੀਆਂ ਨੇ ਡਾਰਲਿੰਗਾਂ ਉਸ ਰੂਟੀਨ ਨੂੰ ਤੋੜਨ 'ਚ ਮਦਦ ਕਰਦੀਆਂ ਨੇ ਰੂਟੀਨ ਪੈਦਾ ਕਰਕੇ بیوی ਫਖਰ ਕਰਦੀ ਹੈ ਕਿਉਂਕਿ ਰੂਟੀਨ ਦੇ ਨਾਲ ਨਿਭਣ ਵਾਲਾ ਖਾਵੰਦ ਆਦਰਸ਼ ਪਤੀ ਹੁੰਦਾ ਹੈ ਰੂਟੀਨ ਨੂੰ ਤੋੜ ਕੇ ਡਾਰਲਿੰਗ ਫਖਰ ਕਰਦੀ ਹੈ ਕਿਉਂਕਿ ਉਹਦੀ ਹੋਣ ਦੀ ਏਸੀ ਕਾਮਯਾਬੀ ਦੇ ਸਿਰ ਤੇ ਕਾਇਮ ਹੈ ਕਮਰੇ ਦੇ ਵਿੱਚ ਹਵਾ ਬਿਲਕੁਲ ਨਹੀਂ ਬੇਹਵਾ ਠੰਡੇ ਇੱਕ ਜੰਮੇ ਹੋਏ ਕੋਰੇ ਵਰਗੀ ਠੰਡ ਨਹੀਂ ਫ੍ਰਿਜੇ ਡੀਅਰ ਵਰਗੀ ਠੰਡ ਫ੍ਰੀਦਾ ਗਾਰੀਏ ਫ੍ਰੀਦਾ ਗਾਰੀਏ ਸਭ ਦਾ ਇصرਾਰ ਸੀ ਪੂਰ ਜ਼ੋਰ ਫ੍ਰੀਦਾ ਗਾਰੀਏ ਤੇ ਦੀਵਾਰ ਬਲ ਤੱਕ ਰਹੀ ਏ ਇਸ ਵੇਲੇ ਪ੍ਰਕਾਸ਼ ਦੀ ਡਾਰਲਿੰਗ ਨਹੀਂ ਲੱਗਦੀ ਕਿਸੇ ਦੀ ਡਾਰਲਿੰਗ ਨਹੀਂ ਲੱਗਦੀ ਸਿਰਫ ਇੱਕ ਕੁੜੀ ਲੱਗਦੀ ਹੈ ਮਹਿਜ਼ ਇੱਕ ਕੁੜੀ ਦਰਦ ਕੀ ਰਾਤ ਹੈ ਚੁੱਪਚਾਪ ਗੁਜ਼ਰ ਜਾਣੇ 도 ਪਤਾ ਨਹੀਂ ਕਿਸ ਸ਼ਾਇਰ ਦੀ ਗਜ਼ਲ ਹੈ ਸ਼ਾਇਰ ਦੇ ਨਾਮ ਨਾਲ ਕਿਸੇ ਦਾ ਕੋਈ ਸਰਵਕਾਰ ਨਹੀਂ ਲਫ਼ਜ਼ਾਂ ਨਾਲ ਵੀ ਸ਼ਾਇਦ ਕਿਸੇ ਦਾ ਕੋਈ ਸਰਵਕਾਰ ਨਹੀਂ ਸਿਰਫ ਇੱਕ ਕੁੜੀ ਨਾਲ ਸਰਵਕਾਰ ਹੈ ਤੇ ਉਹਦੀ ਆਵਾਜ਼ ਨਾਲ ਜਿਹੜੀ ਵਿਸਕੀ ਤੇ ਜਿੰਨ ਤੇ ਰੰਮ ਦੇ ਘੁੱਟਾਂ ਚ ਘੁਲਦੀ ਜਾ ਰਹੀ ਹੈ ਸੁਲਗਦੀ ਹੋਈ برف ਵਾਂਗੂ ਵਾਤਾਵਰਨ ਅਚਾਨਕ ਬੜਾ ਭੋਜਲ ਹੋ ਗਿਆ ਇਹਨਾਂ ਡੰਬਰ ਭੋਜਲ ਵਾਤਾਵਰਨ ਲਈ ਤੇ ਨਹੀਂ ਸੀ ਰਚਾਇਆ ਗਿਆ ਇਹ ਤਾਂ ਉਹੀ ਬੇਹੂਦਗੀ ਹੋਈ ਰੋਜ਼ ਦੀ ਬਕਬਕ ਬੋਰੀਅਤ ਇਸੇ ਬੂਰੀ ਦੇ ਧੁੰਦਲੇ ਕੱਚ ਨੂੰ ਤੋੜਨ ਲਈ ਤਾਂ ਚੰਨੀ ਗਾਉਣ ਲੱਗਦੀ ਹੈ ਹਸਦੀ ਹਸਦੀ ਮੈਨੂੰ ਹੀਰੇ ਹੀਰੇ ਆਖੇ ਨੀ ਮੁੰਡਾ ਲੰਬੜਾਂ ਦਾ ਹਾਏ ਨੀ ਮੁੰਡਾ ਲੰਬੜਾਂ ਦਾ ਗੋਂਦੀ ਗੋਂਦੀ ਰਹਿ ਰਹਿ ਕੇ ਦਿਲਜੀ ਦੇ ਮੁੰਡਿਆਂ ਤੇ ਝੂਮ ਜਾਂਦੀ ਏ ਗਾਣਾ ਖਤਮ ਹੁੰਦਾ ਹੈ ਦਿਲਜੀ ਤ ਉਹਨੂੰ ਬੇਸਾਕਤਾ ਚੁੰਮ ਲੈਂਦਾ ਹੈ ਵਾਤਾਵਰਨ ਇੱਕਦਮ ਖੁੱਲ ਜਾਂਦਾ ਜਿਵੇਂ ਹਵਾ ਦਾ ਕੋਈ ਸਾਹ ਅੰਦਰ ਲੰਘ ਆਇਆ ਹੋਵੇ ਸੈਗਲ ਅਜੇ ਤੱਕ ਨਹੀਂ ਬੋੜਿਆ ਪ੍ਰਕਾਸ਼ ਦੀ ਆਵਾਜ਼ ਤੋਂ ਫੇਰ ਬਹੁਤ ਜਲ ਉਦਾਸੀ ਘਿਰ ਰਹੀ ਹੈ ਫਰੀਦਾ ਸੋਚਦੀ ਏ ਸਭ ਕੁਝ ਕਿੰਨਾ ਬੇਮਤਲਬ ਹੈ ਬਾਹਰ ਸ਼ਾਮ ਪੂਰੀ ਪੂਰੀ ਤਰ੍ਹਾਂ ਉਤਰ ਚੁੱਕੀ ਹੋਏਗੀ ਸ਼ਾਇਦ ਕਮਰੇ ਵਿੱਚ ਤਾਂ ਪਹਿਲਾਂ ਤੋਂ ਹੀ ਬੱਤੀਆਂ ਜਗ ਰਹੀਆਂ ਸੀ ਮੋٹے ਭਾਰੇ ਪਰਦੇ ਸਾਰੇ ਭੂਆਂ ਬਾਰੀਆਂ ਨੂੰ ਕੱਜਲ ਲਪੇਟ ਕੇ ਖੜੋਤੇ ਸੀ ਇਸੇ ਕਰਕੇ ਬਾਹਰ ਦੀ ਸ਼ਾਮ ਦਾ ਕੋਈ ਤਾਲੁਕ ਨਹੀਂ ਸੀ ਇਸ ਕਮਰੇ ਨਾਲ ਨਾ ਹੀ ਬਾਹਰ ਦੀ ਗਰਮੀ ਦਾ ਕੋਈ ਤਾਲੁਕ ਸੀ ਫਰੀਦਾ ਸੋਚਦੀ ਏ ਕਮਰਾ ਇੱਡਾ ਭਰਿਆ ਹੋ ਕੇ ਵੀ ਕਿੱਡਾ ਸਖਣਾ ਹੈ ਪਤਾ ਨਹੀਂ ਕਿਹੜੀ ਛੱਤ ਚੋਰੀਏ ਇੱਕ ਖਾਲੀ ਪੰਨੋਂ ਸ ਵਿੱਚੋਂ ਟਪਕ ਰਿਹਾ ਟਪ ਟਪ ਦਲਜੀਤ ਤੇ ਚੰਨੀ ਹੱਸ ਰਹੇ ਨੇ ਪ੍ਰਕਾਸ਼ ਉੱਠ ਕੇ ਡਰਿੰਕਸ ਮਿਲਾ ਰਿਹਾ ਪੂਰੀ ਆਪਣੀ ਮਹਿਬੂਬਾ ਦੇ ਪੱਟ ਤੇ ਸਿਰ ਰੱਖ ਕੇ ਅਧ ਲੇਟਿਆ ਹੋ ਗਿਆ ਹੈ ਹੀਮਾ ਦੀਆਂ ਅੱਖਾਂ ਚ ਬਹੁਤ ਸਾਰੀ ਸ਼ੌਕੀ ਖੰਭ ਫਲਾ ਕੇ ਉੱਡਦੀ ਹੈ ਤੇ ਕਮਰੇ ਚ ਚਾਰੇ ਪਾਸੇ ਚੱਕਰ ਲਾਂਦੀ ਹੈ ਪੂਰੀ ਕੋਲੀ ਲਤੀਫਾ ਸੁਣਾ ਰਿਹਾ ਹੈ ਕੱਪੜਿਆਂ ਤੋਂ ਬਿਨਾਂ ਇੱਕ ਨੰਗਾ ਲਤੀਫਾ ਸਾਰੇ ਹੱਸ ਰਹੇ ਨੇ ਚੰਨੀ ਦਾ ਹਾਸਾ ਸਭ ਨਾਲ ਵਧੇਰੇ ਖੁੱਲਿਆ ਹੋਇਆ ਹੈ ਸ਼ੌਕ ਪਹਾੜੀ ਕੁਲ ਵਰਗਾ ਫਰੀਦਾ ਮੁਸਕਰਾਉਂਦੀ ਹੈ ਦਰਵਾਜ਼ਾ ਖੁੱਲਿਆ ਸੈਗਲ ਦਰਵਾਜ਼ੇ ਠਿਕ ਪਾਸੇ ਖੜੋ ਕੇ ਬੂਏ ਨੂੰ ਇੱਕ ਹੱਥ ਨਾਲ ਫੜ ਕੇ ਮਿਸਿਸ ਖਾਨ ਨੂੰ ਅੰਦਰ ਲੰਗਾਉਂਦਾ ਹੈ ਪਿੱਛੇ ਆਪ ਲੰਘ ਆਉਂਦਾ ਸਾਰਿਆਂ ਚ ਇਕਜੀਪੁਰ ਜੋਸ਼ ਹਲਚਲ ਮਚ ਜਾਂਦੀ ਹੈ ਸਾਰਿਆਂ ਦੇ ਚਿਹਰੇ ਖੇੜੇ ਉੱਠਦੇ ਨੇ ਪੂਰੀ ਉੱਠ ਕੇ ਬਹਿ ਜਾਂਦਾ ਹੈ ਤੇ ਦੋਵੇਂ ਬਾਹਾਂ ਫੈਲਾ ਕੇ ਚੁਟਕੀਆਂ ਵਜਾ ਵਜਾ ਕੇ ਉੱਚੀ ਆਵਾਜ਼ ਟਗੋਣ ਲੱਗਦਾ ਹੈ ਮੈਂ ਫਿਲਮ ਮੇਂ ਉਨ੍ਹਾਂ ਦੇ ਆਨੇ ਸੇ ਹਰਸ਼ੈਪੇ ਨੂਰ ਆ ਜਾਤਾ ਹੈ ਦਲਜੀਤ ਬੇਸਾਕਤਾ ਮਿਸਿਸ ਖਾਨ ਨੂੰ ਲਿਪਟ ਜਾਂਦਾ ਹੈ ਹੈਲੋ ਭਾਬੀ ਜਾਨ ਅੱਜ ਤੇ ਨੀਚ ਚਿਰਕ ਕਰ ਦਿੱਤੀ ਤੁਸੀਂ ਸਾਰੇ ਦੇਵਰਾਂ ਦੀ ਜਾਨ ਹੀ ਨਿਕਲ ਚਲੀ ਸੀ ਮਿਸਿਸ ਖਾਨ ਹੱਸ ਰਹੀ ਹੈ ਉਹਦੇ ਦੰਦਾਂ ਦਾ ਰੰਗ ਪਾਣ ਦੇ ਰੰਗ ਹੀ ਠੰਗਾ ਜਿਆ ਹੋਇਆ ਚਨੀਕ ਦਾ ਮੁੱਟ ਕੇ ਖੜੋ ਗਈ ਸੁਹਾ ਕੁੱਟ ਉਹਦਾ ਮੂੰਹ ਹੋ ਰਿਹਾ ਸੀ ਆਪਣਾ ਆਪਣੇ ਹੱਥ ਵਿੱਚ ਲਾ ਗਲਾਸ ਉਹਨੇ ਉਹਾਂ ਕੇ ਕੰਧ ਨਾਲ ਮਾਰਿਆ ਤੇ ਕਾਲੀ ਨਾਲ ਦਰਵਾਜ਼ੇ ਵੱਲ ਵਧੀ ਸਾਰੇ ਪਮੱਤਰ ਗਏ ਦਲਜੀਤ ਘਬਰਾ ਕੇ ਮਿਸਿਸ ਖਾਨ ਤੋਂ ਪਰਾ ਹੋ ਗਿਆ ਪ੍ਰਕਾਸ਼ ਦਾ ਮੂੰਹ ਹੈਰਾਨੀ ਨਾਲ ਖੁੱਲਾ ਸੀ ਪੂਰੀ ਤੇ ਹਿਮਾ ਉੱਥੇ ਖੜੋਤੇ ਸਨ ਪੂਰੀ ਦਾ ਹੱਥ ਰਤਾ ਤੱਕ ਉਹ ਗਾਂ ਵੱਧ ਕੇ ਜਿਵੇਂ ਖਾਲੀਪਨ ਚ ਅਟਕ ਕੇ ਰਹਿ ਗਿਆ ਸੀ ਸਿਰਫ ਫਰੀਦਾ ਬੈਠੀ ਸੀ ਆਪਣਾ ਗਲਾਸ ਹੱਥ ਫੜ ਕੇ ਤੇ ਚੰਨੀ ਵੱਲ ਦੇਖ ਰਹੀ ਸੀ ਦਲਜੀਤ ਨੇ ਅੱਗੇ ਹੋ ਕੇ ਚੰਨੀ ਦੀ ਬਾਹ ਫੜ ਲਈ ਛੱਡ ਦਿਓ ਉਹ ਜ਼ਖਮੀ ਸ਼ੇਰ ਨੂੰ ਸ਼ੇਰਨੀ ਵਾਂਗੂੰ ਗੁਰرائی ਤੇ ਬਾਹਰ ਨਿਕਲ ਗਈ ਪੂਰੀ ਮਗਰੀ ਮਗਰ ਦਲਜੀਤ ਬਾਹਰ ਨਿਕਲ ਗਿਆ ਇੱਕ ਔਖੀ ਜੀ ਖਾਮੋਸ਼ੀ ਕਮਰੇ ਦੀਆਂ ਕੰਧਾਂ ਵਿੱਚ ਘਾਰ ਤਣੀ ਗਈ ਹਰ ਪਾਸੇ ਦੋ ਕੰਧਾਂ ਦੇ ਵਿੱਚ ਘਾਰ ਤਣੀ ਹੋਈ ਦੌੜਦੀ ਹੋਈ ਖਾਮੋਸ਼ੀ ਜਿਹਦਾ ਰੋਣਾ ਇੰਨਾ ਸੀ ਕਿ ਕੋਈ ਵੀ ਬੰਦਾ ਦੂਜੇ ਬੰਦੇ ਨਾਲ ਗੱਲ ਕਰਨ ਦਾ ਜਿਗਰਾ ਨਹੀਂ ਸੀ ਕਰ ਸਕਦਾ ਪਲ ਮਣਾ ਮੂੰਹ ਹੀ ਭਾਰੇ ਹੋ ਗਏ ਸਾਨੂੰ ਪ੍ਰਕਾਸ਼ ਨੇ ਖੰਗੂਰੇ ਨਾਲ ਗਲਾ ਸਾਫ਼ ਕੀਤਾ ਕੋਈ ਗੱਲ ਨਹੀਂ ਰਤਾ ਜ਼ਿਆਦਾ ਪੀਤੀ ਗਈ ਹੋਣੀ ਸਾਰਿਆਂ ਨੂੰ ਪਤਾ ਸੀ ਕਿ ਇਹ ਗਲਤ ਹੈ ਪਰ ਸਾਰੇ ਚੁੱਪ ਰਹੇ ਇੱਕ ਬਹਾਨਾ ਚਾਹੀਦਾ ਸੀ ਤਾਂ ਕਿ ਉਹ ਪਲ ਅਡੋਲ ਉੜ ਕੇ ਕੁੱਬਾ ਹੋ ਕੇ ਕਮਰੇੋਂ ਬਾਹਰ ਨਿਕਲ ਜਾਏ ਅਡੋਲ ਪੁੱਲ ਦੇ ਹੀਟੋਂ ਦੀ ਸਰਕ ਜਾਏ ਵੈਲ ਕਮ ਆਨ ਲੈਟਸ ਸਿੰਗ ਪੂਰੀ ਨੇ ਬਹੁਤ ਸਾਰਾ ਉਤਸ਼ਾਹ ਬਟੋਰ ਕੀ ਆਵਾਜ਼ ਚ ਭਰ ਲਿਆ ਸੀ ਪਰ ਮਹਿਫਿਲ ਦੀ ਤਾਂ ਇੱਕ ਵਾਰੀ ਟੁੱਟੀ ਤੇ ਫਿਰ ਜੁੜ ਨਹੀਂ ਸਕੇ ਕੁਛੇਰ ਮਗਰੋਂ ਤਿੰਨੇ ਜਣੇ ਆਪਣੀਆਂ ਆਪਣੀਆਂ ਡਾਰਲਿੰਗਾਂ ਦੀ ਕਮਰ ਚ ਹੱਥ ਪਾ ਕੇ ਨਿੱਖੜ ਗਏ ਹੀਮਾ ਜੰਨੇ ਨੂੰ ਕਲਾਟ ਕਨਾਰਟ ਪਲੇਸ ਸ਼ਾਪਿੰਗ ਕਰਦੀ ਮਿਲ ਪਈ ਬਈ ਚੰਨੀ ਉਸ ਦਿਨ ਤੈਨੂੰ ਹੋਇਆ ਕੀ ਸੀ ਹੁਣ ਜਤੇ ਮੈਂ ਤੈਨੂੰ ਨਾ ਪੁੱਛਦੀ ਪਰ ਤੂੰ ਜਾਣਦੀ ਤੇਰੇ ਮੇਰੇ ਚ ਕਾਹਦਾ ਲੁਕਾ ਆਏ ਬਹੁਤ ਸਿਰਤਾ ਚੰਨੀ ਟਾਲਦੀ ਰਹੀ ਪਰ ਹਿਮਾ ਨੇ ਵੀ ਅੱਜ ਪੁੱਛ ਕੇ ਛੱਡਣ ਦੀ ਕਸਮ ਖਾ ਰੱਖੀ ਸੀ ਆਖਰ ਚਿਕਨ ਪੈਟੀਜ਼ ਤੇ ਆਈਸਕ੍ਰੀਮ ਕਾਫੀ ਦੀ ਰਿਸ਼ਵਤ ਦੇਣ ਮਗਰੋਂ ਹਿਮਾ ਨੇ ਚੰਨੀ ਨੂੰ ਵਰਚਾਈ ਲਿਆ ਚੰਨੀ ਕਹਿਣ ਲੱਗੀ ਕੋਈ ਓਲੇ ਲੁਕੇ ਵਾਲੀ ਗੱਲ ਤੇ ਹੈ ਹੀ ਨਹੀਂ ਸੀ ਸਾਰਿਆਂ ਦੇ ਸਾਹਮਣੇ ਹੀ ਤੇ ਜੀਤ ਨੇ ਮਿਸਿਸ ਖਾਨ ਨੂੰ ਫਰੇਦੇ ਚ ਕੀ ਗੱਲ ਸੀ ਭਲਾ ਉਹ ਤੇ ਕਈ ਵਾਰੀ ਪੂਰੀ ਸਾਹਿਬ ਤੈਨੂੰ ਗਲਬੱਕੜੀ ਪਾ ਲੈਂਦੇ ਨੇ ਕਈ ਵਾਰ ਦਲਜੀਤ ਜੀ ਮੈਨੂੰ ਫੜ ਕੇ ਚੁੰਮ ਲੈਂਦੇ ਨੇ ਇਥੇ ਦੇਵਰ ਭਾਬੀਆਂ ਚੱਲਦਾ ਹੀ ਹੈਮਾ ਮੁਸਕਰਾ ਪਈ ਨਹੀਂ ਜਫੀ ਪਾਨ ਦੀ ਗੱਲ ਤੇ ਕੋਈ ਨਹੀਂ ਸੀ ਚੰਨੇ ਦੀ ਆਵਾਜ਼ ਡੁੱਬਦੀ ਜਾ ਰਹੀ ਸੀ ਫਿਰ ਕੀ ਸੀ ਹੈਮਾ ਦੀ ਉਤਸੁਕਤਾ ਜਿਵੇਂ ਪੰਪਾਂ ਭਾਰਖ ਖਲੋ ਗਈ ਸੀ ਵੇਖੇ ਨਾ ਸੈਗਲ ਨੇ ਤਾਂ ਆਪਣੀ ਉਹ ਖਾਨ ਦੀ ਬੱਚੀ ਨੂੰ ਇਹੀ ਦੱਸਿਆ ਨਾ ਕਿ ਮੈਂ ਬੜਾ ਸ਼ਰੀਫ ਆ ਤੇਰੇ ਤੇ ਮਰਨਾ ਵਾਂ ਤੇਰੇ ਬਿਨਾ ਕਿਸੇ ਤੀਵੇਂ ਨੂੰ ਛੋਂਦਾ ਵੀ ਨਹੀਂ ਤੇ ਮੈਨੂੰ ਲੱਗਾ ਦਿਲਜੀਤ ਨੇ ਉਹਨੂੰ ਜਫੀ ਪਾ ਕੇ ਮੇਰੀ ਤੋਹੀਨ ਕਰ ਦਿੱਤੀ ਸੀ ਜੇ ਸੈਗਲ ਮੈਨੂੰ ਵੀ ਜਫੀ ਪਾ ਲੰਦਾ ਤਾਂ ਤੇ ਕੋਈ ਗੱਲ ਨਹੀਂ ਸੀ ਪਰ ਧਨ